ਗਵਾੜਾ ਦੇ ਨਜ਼ਦੀਕ ਪੈਂਦੇ ਪਿੰਡ ਖਾਟੀ ਵਿਖੇ ਅੱਜ ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਪਹੁੰਚੇ ਜਿੱਥੇ ਉਹਨਾਂ ਪਰਸ਼ੂਰਾਮ ਧਾਮ ਲਈ 10 ਕਰੋੜ ਰੁਪਏ ਦਾ ਚੱਕ ਦਿੱਤਾ ਅਤੇ ਪਿੰਡ ਖਾਟੀ ਦੇ ਵਿਕਾਸ ਲਈ 21 ਲੱਖ ਰੁਪਏ ਦੇਣ ਦਾ ਐਲਾਨ ਵੀ ਕੀਤਾ। ਇਸ ਸਾਰੇ ਪ੍ਰੋਗਰਾਮ ਦੀ ਕਵਰੇਜ ਕਰਨ ਗਿਆ ਮੀਡੀਆ ਪ੍ਰਸ਼ਾਸਨ ਵੱਲੋਂ ਕੀਤੇ ਪ੍ਰਬੰਧਾਂ ਤੋਂ ਵੀ ਕਾਫੀ ਖਫਾ ਨਜ਼ਰ ਆਇਆ। ਜ਼ਿਕਰਯੋਗ ਹੈ ਕਿ ਪੱਤਰਕਾਰਾਂ ਦੇ ਕਵਰੇਜ ਕਰਨ ਦੀ ਜਗ੍ਹਾ ਨਿਰਧਾਰਿਤ ਨਾ ਹੋਣ ਕਾਰਨ ਪੱਤਰਕਾਰਾਂ ਤੇ ਆਮ ਲੋਕਾਂ ਵਿੱਚ ਵੀ ਤੂ-ਤੂ ਮੈਂ-ਮੈਂ ਹੁੰਦੀ ਰਹੀ, ਜਿਸ ਕਾਰਨ ਪ੍ਰਸ਼ਾਸਨ ਦੇ ਪ੍ਰਬੰਧਾਂ ਤੋਂ ਨਾਰਾਜ਼ ਹੋਏ ਮੀਡੀਆ ਕਰਮੀ ਜ਼ਮੀਨ ਤੇ ਹੀ ਬੈਠ ਗਏ। ਇਸ ਦੌਰਾਨ ਮੀਡੀਆ ਨੇ ਆਪਣਾ ਕੰਮ ਜਾਰੀ ਰੱਖਿਆ ਤੇ ਇਸ ਦੌਰਾਨ ਪੁਲਿਸ ਦੇ ਸੀਨੀਅਰ ਅਧਿਕਾਰੀ ਪੱਤਰਕਾਰਾਂ ਨੂੰ ਸਮਝਾਉਣ ਲੱਗੇ ਤੇ ਕੁਰਸੀਆਂ ਦਾ ਪ੍ਰਬੰਧ ਕਰਵਾਉਣ ਲੱਗੇ। ਦੱਸਣਯੋਗ ਹੈ ਕਿ ਪ੍ਰਸ਼ਾਸਨ ਦੇ ਸੀਨੀਅਰ ਅਧਿਕਾਰੀ ਤੇ ਸਿਆਸੀ ਆਗੂ ਮੁੱਖ ਮੰਤਰੀ ਦੇ ਦੌਰੇ ਤੋਂ ਪਹਿਲਾਂ ਸਾਰੇ ਪ੍ਰਬੰਧਾਂ ਦਾ ਜਾਇਜ਼ਾ ਲੈਂਦੇ ਰਹੇ, ਪਰ ਸਾਰੇ ਪ੍ਰੋਗਰਾਮ ਨੂੰ ਪੂਰੀ ਦੁਨੀਆ ਵਿੱਚ ਦਿਖਾਉਣ ਵਾਲਾ ਮੀਡੀਆ ਪ੍ਰਸ਼ਾਸਨ ਵੱਲੋਂ ਕੀਤੇ ਮੀਡੀਆ ਪ੍ਰਤੀ ਮਾੜੇ ਪ੍ਰਬੰਧਾਂ ਤੋਂ ਕਾਫੀ ਖਫਾ ਨਜ਼ਰ ਆਇਆ। ਫਗਵਾੜਾ ਨਿਊਜ਼ ਟੀਵੀ ਤੋਂ ਸ਼ਰਨਜੀਤ ਸਿੰਘ ਸੋਨੀ ਦੀ ਰਿਪੋਰਟ। ਤੇ ਅੱਜ ਮੈਨੂੰ ਆਉਣ ਦਾ ਮੌਕਾ ਮਿਲਿਆ ਇੱਥੇ। ਵਿਸ਼ਨੂੰ ਜੀ ਦੇ 6ਵੇਂ ਅਵਤਾਰ ਪਰਸ਼ੂਰਾਮ ਜੀ ਨੇ ਦਾ ਤਪੋਵਨ ਸਥਾਨ ਹੈ, ਸੋ ਮੈਂ ਅੱਜ ਇੱਥੇ ਅਕੀਦਾ ਪੇਸ਼ ਕਰਨ ਆਇਆ ਕਿ ਅਸੀਂ 10 ਕਰੋੜ ਰੁਪਏ ਦਾ ਚੈੱਕ ਅੱਜ ਇਸ ਦੀ ਡਿਵੈਲਪਮੈਂਟ ਵਾਸਤੇ ਮੈਂ ਚੈੱਕ ਲੈ ਕੇ ਆਇਆ, ਕੋਈ ਐਲਾਨ ਨਹੀਂ ਲੈ ਕੇ ਆਇਆ, ਚੈੱਕ ਲੈ ਕੇ ਅੱਜ ਇੱਥੇ ਦੇ ਕੇ ਜਾ ਰਿਹਾ। ਸੋ ਮੈਂ ਉਰੇ ਮੈਨੂੰ ਬੜਾ ਪਿਆਰ ਮਿਲਿਆ ਬ੍ਰਾਹਮਣ ਸਭਾ ਵੱਲੋਂ, ਮੈਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ। ਦੂਸਰਾ, ਤੁਸੀਂ ਮੈਨੂੰ ਪੁੱਛਿਆ ਕਿ ਜੀ ਜਿਹੜੇ ਹੈ ਮੇਰੇ 'ਤੇ ਹਮਲਾਵਾਰ ਹੋਏ ਵੇ ਆ, ਹੁਣ ਸਾਰਿਆਂ ਨੂੰ ਚੰਨੀ ਰੜਕ ਰਿਹਾ। ਪਬਲਿਕ ਜਿਹਦੇ ਨਾਲ ਹੋ ਜਾਂਦੀ ਹੈ ਫਿਰ ਦੂਸਰਿਆਂ ਨੂੰ ਥੋੜ੍ਹੀ ਬਹੁਤੀ ਤਕਲੀਫ ਤਾਂ ਹੁੰਦੀ ਹੋਵੇਗੀ। ਸਾਰੀ ਪਬਲਿਕ ਇਸ ਤਰ੍ਹਾਂ, ਮੈਨੂੰ ਨਹੀਂ ਸੀ ਪਤਾ ਕਿ ਲੋਕ ਮੈਨੂੰ ਇੰਨਾ ਪਿਆਰ ਕਰਨਗੇ ਤਾਂ ਇਹਨਾਂ ਨੂੰ ਇੰਨੀ ਤਕਲੀਫ ਹੋਏਗੀ, ਲੇਕਿਨ ਮੈਂ ਪਬਲਿਕ ਦੇ ਆਸ਼ੀਰਵਾਦ ਦੇ ਨਾਲ ਹੈ। ਸਰ, ਕੱਲ੍ਹ ਸਰਕਾਰਾਂ ਨੂੰ ਸੱਦਿਆ ਐਡਾ ਵੱਡਾ ਚੰਨੀ ਸਾਹਿਬ ਦਾ ਬਹੁਤ ਧੰਨਵਾਦ, ਸਾਰੇ ਬੈਠੇ ਦੇਖੋ ਜੀ, ਕੋਈ ਅਰੇਂਜਮੈਂਟ ਨਹੀਂ ਹੈਗਾ ਪੱਤਰਕਾਰਾਂ ਲਈ, ਸਾਰੇ ਚੈਨਲਾਂ ਦੇ ਪੱਤਰਕਾਰ ਆ ਜੀ, ਕੋਈ ਪੀਟੀਸੀ ਤੋਂ ਆ, ਕੋਈ ਕੋਈ ਅਰੇਂਜਮੈਂਟ ਨਹੀਂ ਕੀਤਾ ਗਿਆ ਇਹ ਪ੍ਰੋਗਰਾਮ ਤੇ, ਔਰ ਪ੍ਰਸ਼ਾਸਨ ਕੋਈ ਗੱਲ ਸੁਣਦਾ ਨਹੀਂ ਪਿਆ, ਉਹ ਕਹਿੰਦਾ ਚਲੋ ਜਿੱਥੇ ਬੈਠਣਾ ਬੈਠੋ ਜੀ। Subscribe now and press the bell icon. Never miss an update.